ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੀਆਂ ਸੰਗਤਾਂ ਗੁਰਦੁਆਰਾ ਸਿੰਘ ਸ਼ਹੀਦਾਂ ਵੱਡਾ ਘੱਲੂਘਾਰਾ ਵਿਖੇ, ਜੋ ਕਿ ਕੁੱਪਰ ਰਹੀੜੇ ਦੇ 35,000 ਸਿੰਘਾਂ ਦੀ ਯਾਦ ਦੇ ਵਿੱਚ ਇਹ 7 ਰੋਜ਼ਾ ਸਮਾਗਮ ਮਨਾਇਆ ਜਾ ਰਿਹਾ ਹੈ। ਅਤੇ ਅੱਜ ਇਸ ਸਥਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੁਆਰਾ ਸੰਤ ਬਾਬਾ ਜੰਗ ਸਿੰਘ ਜੀ ਮਹਾਂਪੁਰਖਾਂ ਵੱਲੋਂ ਮਹਾਨ ਉਪਰਾਲਾ ਕੀਤਾ ਗਿਆ ਹੈ, ਜਿੱਥੇ ਘੱਲੂਘਾਰੇ ਦਾ ਇਹ ਮਹਾਨ ਦਿਵਸ ਮਨਾਇਆ ਜਾ ਰਿਹਾ। ਉੱਥੇ ਸੱਚਖੰਡ ਵਾਸੀ ਬਾਬਾ ਰੋਦਾ ਸਿੰਘ ਜੀ ਬੈਦ ਸਾਹਿਬ, ਉਹਨਾਂ ਦੀ ਬਰਸੀ ਦਾ ਵਿਸ਼ੇਸ਼ ਦਿਹਾੜਾ ਵੀ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਸਥਾਨ 'ਤੇ ਮਹਾਂਪੁਰਖਾਂ ਦੇ ਪਿਆਰ ਦਾ ਸਦਕਾ ਸੱਚਖੰਡ ਸ਼੍ਰੀ ਨੰਦੇੜ ਸਾਹਿਬ ਤੋਂ ਡਾਕਟਰ ਹਰਜਿੰਦਰ ਸਿੰਘ ਬਾਬਾ ਜੀ, ਉਹ ਵੀ ਮੌਜੂਦ ਨੇ, ਬਾਬਾ ਰਾਜ ਸਿੰਘ ਜੀ, ਰਾਜੂ ਲੋਟ ਵਾਲੇ, ਇਹਨਾਂ ਮਹਾਂਪੁਰਖਾਂ ਦਾ ਬਾਬਾ ਜੀ ਦੇ ਨਾਲ ਮਹਾਨ ਸਹਿਯੋਗ ਹੈ, ਕਿਉਂਕਿ ਇਹਨਾਂ ਮਹਾਨ ਸਿੰਘਾਂ ਸ਼ਹੀਦਾਂ ਦੇ ਸਥਾਨਾਂ 'ਤੇ ਆ ਕੇ ਸਾਨੂੰ ਜੋ ਕਿ ਅੱਜ ਤੋਂ ਕੁਝ ਸਮੇਂ ਪਹਿਲਾਂ 12-12 ਕੋਹ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੇ ਨਾਲ ਸਮੇਂ ਦੇ ਖਾਲਸੇ ਦਾ ਘੋਰ ਸੰਗਰਾਮ ਹੋਇਆ, ਮਹਾਨ ਯੁੱਧ ਹੋਇਆ। ਇਸ ਯੁੱਧ ਦੇ ਵਿੱਚ ਛੋਟੇ ਛੋਟੇ ਬੱਚੇ, ਬੀਬੀਆਂ, ਬਜ਼ੁਰਗ ਅਤੇ ਸਿੰਘਾਂ ਦੀਆਂ ਜਿਹੜੀਆਂ ਫੌਜਾਂ ਸੀ, ਜਿਹੜੇ ਮਿਸਲਾਂ ਦੇ ਸਰਦਾਰ ਸੀ, ਸਰਦਾਰ ਚੜ੍ਹਤ ਸਿੰਘ ਵਰਗੇ, ਜੱਸਾ ਸਿੰਘ ਜੀ ਆਲੋਵਾਲੀਆ, ਸ਼ਾਮ ਸਿੰਘ ਜੀ ਬੁੱਢੇ ਗਲੀਏ ਨਾਰੋਕਿਆਂ ਵਾਲੇ, ਔਰ ਮਹਾਨ ਸਿਰਲੱਥ ਯੋਧੇ ਸੀ ਜਿਨ੍ਹਾਂ ਨੇ ਸੀਸ ਜਾਨ ਤਲੀ 'ਤੇ ਰੱਖ ਕੇ ਇਸ ਮੈਦਾਨੇ ਜੰਗ ਦੇ ਵਿੱਚ ਜੰਗ ਲੜੀ। ਬੇਅੰਤ ਸਿੰਘ ਸ਼ਹੀਦ ਹੋਏ, 35,000 ਦੀ ਗਿਣਤੀ ਦੱਸੀ ਗਈ ਹੈ ਉਸ ਪ੍ਰਾਚੀਨ ਸਮੇਂ ਦੇ ਵਿਦਵਾਨਾਂ ਨੇ ਜੋ ਇੱਥੇ ਘੋਰ ਜੰਗ ਦੇ ਵਿੱਚ ਸ਼ਹੀਦ ਹੋਏ। ਸੋ ਅੱਜ ਸਾਨੂੰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਅਸੀਂ ਨਤਮਸਤਕ ਹੋਣ ਵਾਸਤੇ ਇਸ ਗੁਰਦੁਆਰਾ ਸਿੰਘਾਂ ਸ਼ਹੀਦਾਂ ਦੇ ਪਾਵਨ ਸਥਾਨ 'ਤੇ ਅਸੀਂ ਸਾਰੀਆਂ ਸਿੱਖ ਸੰਗਤਾਂ ਇਕੱਤਰਿਤ ਹੋਇਆ। ਅੱਜ ਸਾਨੂੰ ਅਸੀਂ ਫਿਕਰਮੰਦ ਹਾਂ, ਅੱਜ ਸਾਨੂੰ ਲੋੜ ਹੈ ਕਿ ਸਾਡੀ ਨੌਜਵਾਨੀ ਹੈ ਜਿਹੜੀ ਉਹ ਨਸ਼ੇ ਦੇ ਵਿੱਚ ਗੁਲਤਾਨ ਹੋਈ ਹੈ, ਨੌਜਵਾਨੀ ਨੂੰ ਵੀ ਅਸੀਂ ਇਹ ਹੱਥ ਜੋੜ ਕੇ ਸਾਡੀ ਜਨਰੇਸ਼ਨ ਹੈ ਜਿਹੜੀ ਉਹਨੂੰ ਬੇਨਤੀ ਕਰਦੇ ਹਾਂ ਵੀ ਸਿੰਘੋ ਖੰਡੇ ਬਾਟੇ ਦੀ ਪਹੁੰਚ ਛਾ ਕੇ ਗੁਰਸਿੱਖੀ ਧਾਰਨ ਕਰੋ, ਸੇਵਾ ਅਤੇ ਸਿਮਰਨ ਦੇ ਨਾਲ ਜੁੜੋ, ਬਾਣੇ ਦੇ ਧਾਰਨੀ ਹੋਵੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੂਰਨ ਆਦਰ ਅਤੇ ਪੂਰਨ ਸਤਿਕਾਰ ਕਰੋ। ਕਲਯੁਗ ਦਾ ਘੋਰ ਸਮਾਂ ਹੈ ਅਤੇ ਅੱਜ ਸਾਡਾ ਖਾਲਸਾ ਪੰਥ ਜਿਹੜਾ ਅਤੇ ਉਹ ਇੱਕ ਫੁੱਟ ਦਾ ਸ਼ਿਕਾਰ ਹੋਇਆ ਹੋਇਆ। ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕੀਤੀ ਬਖਸ਼ਿਸ਼, ਅਸੀਂ ਸ਼੍ਰੀ ਸਿੰਘਾਂ ਸ਼ਹੀਦਾਂ ਦੇ ਅਸਥਾਨਾਂ 'ਤੇ ਨਿਸ਼ਾਨ ਸਾਹਿਬ ਦੇ ਹੇਠਾਂ ਅਸੀਂ ਇਕੱਤਰਿਤ ਹੋ ਕੇ ਪ੍ਰਣ ਕਰੀਏ। ਸਾਡੀ ਜਿਹੜੀ ਇਹ ਖਾਲਸੇ ਦੀ ਵਿਖੜੀ ਹੋਈ ਜਿਹੜੀ ਸਾਡੀ ਤਾਕਤ ਹੈ, ਇਸ ਨੂੰ ਇਕੱਤਰਿਤ ਕਰਨ ਵਾਸਤੇ ਅਸੀਂ ਥਾਂ ਥਾਂ 'ਤੇ ਜਾ ਕੇ ਜਿਹੜੇ ਸਿੰਘ ਨੇ ਆਪਣੇ ਪਰਿਵਾਰਾਂ 'ਚ ਥਾਂ ਥਾਂ 'ਤੇ ਸਿੱਖੀ ਦਾ ਪ੍ਰਚਾਰ ਕਰੀਏ, ਤਾਂ ਕਿ ਸਾਡੀ ਕੌਮ ਹੈ ਜਿਹੜੀ ਇਹ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਗੇ ਬੱਚੇ ਸ਼ਰਨ ਜੋ ਹੋਏ। ਸੋ ਇਸ ਕਰਕੇ ਅਸੀਂ ਇਹੋ ਸਾਰੇ ਮਹਾਂਪੁਰਖਾਂ ਵੱਲੋਂ ਅੱਜ ਦੀਆਂ ਇੱਥੇ ਪਹੁੰਚੀਆਂ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਹਾਂ, ਭਾਈ ਗੁਰਸਿੱਖੋ ਅਤੇ ਭੈਣੋ ਪ੍ਰਣ ਕਰਕੇ ਜਾਓ ਅਤੇ ਸਾਰੇ ਦਾੜੇ ਰੱਖੋ, ਕੇਸ ਰੱਖੋ, ਨਸ਼ਿਆਂ ਦਾ ਤਿਆਗ ਕਰੋ,
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ਿਸ਼ ਖੰਡੇ ਬਾਟ ਦੀ ਪੌੜ ਛੱਕ ਕੇ ਸਿੰਘ ਸਜੋ ਸੇਵ ਟੀਵੀ ਤੇ ਸਤ ਕਰਤਾਰ ਬਾਣੀ ਜੋ ਕਿ ਯੂਟਿਊਬ ਤੇ ਵੀ ਤੇ ਮੀਡੀਆ ਤੇ ਫੇਸਬੁੱਕ ਤੇ ਇਸ ਚੈਨਲ ਵੱਲੋਂ ਜਿਹੜੇ ਇਹ ਸਾਡੇ ਧਾਰਮਿਕ ਸਮਾਗਮ ਨੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਦਿਖਾਇਆ ਜਾਂਦਾ। ਇਹ ਲਾਈਵ ਚੱਲ ਰਿਹਾ ਵਿਦੇਸ਼ਾਂ ਦੇ ਵਿੱਚ, ਸਾਰੀਆਂ ਸਿੱਖ ਸੰਗਤਾਂ ਇਹਨਾਂ ਸਮਾਗਮਾਂ ਦਾ ਆਨੰਦ ਲੈਂਦੀਆਂ ਨੇ। ਅਸੀਂ ਸਾਰੀਆਂ ਸੰਗਤਾਂ ਵੱਲੋਂ ਉਚੇਚੇ ਤੌਰ 'ਤੇ ਸੇਵਕ ਟੀਵੀ ਅਤੇ ਸਤ ਕਰਤਾਰ ਬਾਣੀ ਚੈਨਲ ਦਾ ਅਸੀਂ ਉਚੇਚੇ ਤੌਰ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਵੀ ਕਰਦੇ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਚੈਨਲ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।